ਜਾਵੇ ਬੋਨਾ ਬਲਾਕ ਦੀ ਖਾਈ ਦੀ ਟੀਮ ਆ ਗਈ ਬੋਨਾ ਗਰਾਊਂਡ ਜਾਵੇ ਇਸ ਮੈਚ ਚੋਂ ਕੌਣ ਜਿੱਤਿਆ ਜੀ ਕੌਣ ਜਿੱਤਿਆ ਮੀਤੇ ਬਾਈ ਇਹਨਾਂ ਚੋਂ ਆਹ 35 ਕਿਲੋ ਦੇ ਮੈਚ ਦੇ ਵਿੱਚੋਂ ਔਗੜਾ ਦੀ ਟੀਮ ਜਿੱਤ ਰਹੀ ਹੈ ਔਗੜਾ ਦੀ ਟੀਮ ਜਿੱਤ ਗਈ ਹੈ ਫਤਿਹਗੜ੍ਹ ਤੇ ਲੋਹਾਰੇ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਲੋਹਾਰਾ ਏ ਤੇ ਫਤਿਹਗੜ੍ਹ ਕੋਲ ਉਟਾਉਣਾ 35 ਕਿਲੋ ਇਹ ਜਲਦੀ ਗਰਾਊਂਡ 'ਚ ਆਉਣ ਲੋਹਾਰਾ ਏ ਤੇ ਫਤਿਹਗੜ੍ਹ ਕੋਲ ਉਟਾਉਣਾ 35 ਕਿਲੋ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਨਾਲ ਹੀ ਲੋਹਾਰਾ ਬੀ ਤੇ ਸਾਫੂ ਵਾਲਾ ਵੀ ਲਾਗੇ ਆ ਜਾਣ ਲੋਹਾਰਾ ਬੀ ਤੇ ਸਾਫੂ ਵਾਲਾ ਇਸ ਤੋਂ ਅਗਲਾ ਮੈਚ ਹੋਣਾ ਜਿੰਨੀਆਂ ਵੀ ਰੱਬ ਰੂਪੀ ਸੰਗਤਾਂ ਜਿੰਨੇ ਵੀ ਰੱਬ ਵਰਗੇ ਦਰਸ਼ਕ ਵੀਰ ਖੇਡ ਮੈਦਾਨ ਦੇ ਨਾਲ ਜੁੜੇ ਆ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਰੱਬ ਵਰਗੇ ਦਰਸ਼ਕ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਗਰਾਊਂਡ ਕਲੀਅਰ ਕਰਵਾ ਦਿੱਤੀ ਜਾਵੇ ਮੇਰੀ ਬੇਨਤੀ ਹੈ ਹੈਲੋ ਗਰਾਊਂਡ ਜਿਹੜੀ ਕਲੀਅਰ ਕਰ ਦਿਓ ਹੈਲੋ 48 ਕਿਲੋ ਦੀਆਂ ਟੀਮਾਂ ਪਹਿਲਾ ਮੈਚ ਖੋਸਾਂ ਦੀ ਤੇ ਚੀਮਾ ਦੂਜਾ ਮੈਚ ਤਲਵੰਡੀ ਭੰਗੇਰੀਆਂ ਤੇ ਲੋਹਾਰਾ ਬਾਬਾ ਦਾਮੂਸ਼ਾ ਤੀਜਾ ਮੈਚ ਧੱਲੇ ਕੇ ਤੇ ਘੱਲ ਕਲਾਂ ਚੌਥਾ ਮੈਚ ਜਨੇਸ਼ ਤੇ ਰੱਜੀ ਵਾਲਾ 48 ਕਿਲੋ ਦੀਆਂ ਟੀਮਾਂ ਕੱਪੜੇ ਲਾ ਕੇ ਆ ਜਾਓ ਬਾਈ ਹੁਣ ਤੁਹਾਨੂੰ ਬੋਲਦਾ ਵੇਟ ਹੋ ਗਿਆ ਆ ਜਾਓ ਕਿਉਂਕਿ ਫੇਰਾ ਫਾਈਨਲ ਕਰਾਈ ਜਾਣਾ ਪੰਜਾਂ ਚਾਰਾਂ ਮਿੰਟਾਂ 'ਚ ਫਤਿਹਗੜ੍ਹ ਤੇ ਲੋਹਾਰੇ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ 48 ਕਿਲੋ ਦੀਆਂ ਟੀਮਾਂ ਵੀ ਤਿਆਰ ਹੋ ਕੇ ਕਬੱਡੀ ਦੇ ਮੈਦਾਨ 'ਚ ਆ ਜਾਣ ਖੋਸਾ ਰਣਧੀਰ ਤੇ ਚੀਮਾ ਤਲਵੰਡੀ ਭਗੇਰੀਆਂ ਤੇ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਧੱਲੇ ਕੇ ਤੇ ਘੱਲ ਕਲਾਂ ਜਨੇਰ ਤੇ ਰੱਜੀ ਵਾਲਾ ਇਹ ਟੀਮਾਂ ਤਿਆਰ ਹੋ ਕੇ ਕਬੱਡੀ ਦੇ ਮੈਦਾਨ ਦੇ ਲਾਗੇ ਆ ਜਾਣ ਉਧਰ ਪੁਆਇੰਟ ਰੇਡਰ ਦਾ ਖੇਡ ਮੈਦਾਨ ਦੇ ਵਿੱਚ ਖਾਈ ਦੀ ਟੀਮ ਆ ਗਈ ਭੋਨੇ ਦੀ ਟੀਮ ਆਵੇ ਖਾਈ ਆ ਗਈ ਆ ਭੋਨੇ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ 'ਚ ਆਵੇ ਖਾਈ ਤੇ ਭੋਨਾ ਦੋਨੇ ਟੀਮਾਂ ਆ ਜਾਣ ਚੰਦ ਪੁਰਾਣਾ ਤੇ ਤਲਵੰਡੀ ਭੰਗੇਰੀਆਂ ਨਾਲ ਹੀ ਮਸੀਤਾਂ ਤੇ ਰੋਡੇ ਧੱਲੇ ਕੇ ਤੇ ਪਤੋਈਰਾ ਸਿੰਘ ਬਾਈ ਜੀ ਇਹ ਸਾਰੇ ਮੈਚ ਬਲਾਕ ਦੀਆਂ ਟੀਮਾਂ ਦੇ ਘੱਟੋ ਘੱਟ 50-50 ਮੇਰੀ ਬੋਲਤੇ ਹੈ ਟੀਮਾਂ ਹਰੇ ਤੱਕ ਗਰਾਊਂਡ 'ਚ ਨਹੀਂ ਆਈਆਂ ਦਸਤਾਰ ਮੁਕਾਬਲਿਆਂ ਵਾਲੇ ਵੀਰ ਸਟੇਜ ਦੇ ਉੱਤੇ ਆਪਣੇ ਨਾਂ ਲਿਖਵਾ ਦਿਓ ਉਧਰ ਸਟੇਜ ਦੇ ਉੱਤੇ ਮਹਾਂਪੁਰਸ਼ਾਂ ਦੀ ਭਰਮੀ ਹਾਜ਼ਰੀ ਆ ਬਾਬਾ ਜੀਆਂ ਦੀ ਭਰਮੀ ਹਾਜ਼ਰੀ ਹੈ ਇੱਕ ਵਾਰ ਫੇਰ ਅਸੀਂ ਮਹਾਂਪੁਰਸ਼ਾਂ ਨੂੰ ਇੱਥੇ ਪਹੁੰਚਣ ਤੇ ਸਾਰੀ ਬਾਬਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਾਧੂ ਸਿੰਘ ਜੀ ਪ੍ਰਧਾਨ ਇਸ ਪ੍ਰਬੰਧਕ ਕਮੇਟੀ ਦੇ ਬਾਈ ਜਗਜੀਵਨ ਸਰਪੰਚ ਉਹਨਾਂ ਵੱਲੋਂ ਸਾਰੇ ਸਤਿਕਾਰਯੋਗ ਚਿਹਰਿਆਂ ਵੱਲੋਂ ਅਸੀਂ ਇੱਥੇ ਪਹੁੰਚਣ ਤੇ ਨਿੱਘੀ ਜੀਆਂ ਆਖਦੇ ਹਾਂ ਬਹੁਤ ਵੱਡੇ ਧੰਨਵਾਦ ਹੈ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਮੱਖਣ ਸਿੰਘ ਜੀ ਮੀਤ ਪ੍ਰਧਾਨ ਹੈ ਪ੍ਰਬੰਧਕ ਕਮੇਟੀ ਦੇ ਨਾਲ ਹੀ ਜਸਪਾਲ ਸਿੰਘ ਜੀ ਸਕੱਤਰ ਮਲਕੀਤ ਸਿੰਘ ਜੀ ਮੈਂਬਰ ਸਰਦਾਰ ਹਰੀ ਸਿੰਘ ਜੀ ਮੈਂਬਰ ਮੱਘਰ ਸਿੰਘ ਜੀ ਮੈਂਬਰ ਜੀਤ ਸਿੰਘ ਜੀ ਚੀਮਾ ਸਰਦਾਰ ਜੋਰਾ ਸਿੰਘ ਜੀ ਹੋਣੀ ਸਾਰੇ ਮਾਨਯੋਗ ਚਿਹਰਿਆਂ ਵੱਲੋਂ ਅਸੀਂ ਇੱਥੇ ਪਹੁੰਚਣ ਤੇ ਮਹਾਂਪੁਰਸ਼ਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਆਖਦੇ ਹਾਂ ਬਾਬਾ ਜੀ ਦੇ ਮੁਬਾਰਕ ਹੱਥਾਂ ਦੇ ਨਾਲ ਅੱਜ ਦੇ ਇਸ ਕਬੱਡੀ ਕੱਪ ਦਾ ਉਦਘਾਟਨ ਹੋਇਆ ਸਾਫੂ ਵਾਲਾ ਤੇ ਮੇਰੀ ਬੇਨਤੀ ਹੈ ਲੋਹਾਰਾ ਵੀ ਇਹ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਹਾਂਜੀ ਡੀਡੀਪੀਓ ਸਾਹਿਬ ਸਾਰੇ ਵੀਡੀਓ ਨੂੰ ਬੁਲਾ ਰਹੇ ਆ ਪਲੀਜ਼ ਉਹ ਸਟੇਜ 'ਤੇ ਸੰਪਰਕ ਕਰਨ ਇੱਥੇ ਗਰਾਊਂਡ 'ਚ ਗਰਾਊਂਡ 'ਚ ਸੰਪਰਕ ਕਰ ਲਿਆ ਜਾਵੇ ਸਾਡੀ ਬੇਨਤੀ ਹੈ ਵੀਡੀਓ ਸਾਹਿਬ ਸਾਰੇ ਜਿਹੜੇ ਉਹ ਗਰਾਊਂਡ 'ਚ ਸੰਪਰਕ ਬਣਾ ਲੈਣ ਸਮੁੱਚੇ ਪੰਚਾਇਤ ਸੈਕਟਰੀ ਉਹ ਵੀ ਆਪਾਂ ਆਪਣੀ ਰਿਪੋਰਟ ਦੇਣ ਸਾਡੀ ਬੇਨਤੀ ਹੈ ਉਹ ਵੀ ਆਪਾਂ ਆਪਣੀ ਰਿਪੋਰਟ ਜਿਹੜੀ ਗਰਾਊਂਡ 'ਚ ਦੇਣ ਉਧਰ ਮੈਚ ਖੇਡਿਆ ਜਾ ਰਿਹਾ 35 ਕਿਲੋ ਦਾ ਖੋਸਾ ਰਣਧੀਰ ਤੇ ਚੀਮਾ ਇਹ 48 ਦੀਆਂ ਟੀਮਾਂ ਪਰ ਇਸ ਤੋਂ ਬਾਅਦ ਸਾਫੂ ਵਾਲਾ ਤੇ ਲੋਹਾਰੇ ਬੀ ਦਾ ਮੈਚ ਹੋਣਾ 35 ਕਿਲੋ ਦਾ ਉਹ ਵੀ ਟੀਮਾਂ ਗਰਾਊਂਡ 'ਚ ਆ ਜਾਣ ਉਹ ਟੀਮਾਂ ਜਿਹੜੀਆਂ ਤਿਆਰ ਹੈ ਦੇਖੋ ਸਾਹਮਣੇ ਲੱਗਦਾ ਜੱਫਾ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਾਫੀ ਦਾ ਔਗੜ ਤੇ ਧੱਲੇ ਕਹਿੰਦਾ ਮੈਚ ਹੋ ਗਿਆ ਲੋਹਾਰਾ ਤੇ ਫਤਿਹਗੜ੍ਹ ਖੇਡ ਰਹੇ ਆ ਲੋਹਾਰਾ ਬੀ ਤੇ ਸਾਫੂ ਵਾਲਾ ਅਗਲੇ ਮੈਚਾਂ ਲਈ ਗਰਾਊਂਡ ਜਾਣਗੇ ਲੋਹਾਰਾ ਬੀ ਤੇ ਸਾਫੂ ਵਾਲਾ ਇਹ ਟੀਮਾਂ ਅਗਲੇ ਮੈਚਾਂ ਦੀਆਂ ਇਹ ਟੀਮਾਂ ਕਬੱਡੀ ਦੀ ਗਰਾਊਂਡ 'ਚ ਆ ਜਾਣ ਦੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੈ ਕਬੱਡੀ ਦਿੰਦੀ ਆ ਦੁਨੀਆ ਵੱਜ ਗਈ ਕੈਂਚੀ ਦੱਸੀਆ ਮੱਦੋ ਕੇ ਵਾਲਿਆ ਘੋਟਿਆ ਇਹ ਪੁਆਇੰਟ ਕਹਿੰਦੇ ਇਸ ਵੇਲੇ ਜਾਫੀ ਦਾ ਕਿ ਗੁਰਮਿੰਦਰਾ ਮੱਦੋ ਕੇ ਪਿੰਡ ਚਿੱਠੀ ਜਦੋਂ ਆਉਂਦੀ ਹੈ ਗੋਰੀਆਂ ਗੱਲਾਂ ਤੇ ਮੇਰੇ ਲਾਲੀ ਚੜ ਆਉਂਦੀ ਹੈ ਨੈਣਾ ਨੀਲਿਆਂ 'ਚ ਰੜਕ ਪਵੇ ਪੈਰਾਂ 'ਚ ਪੰਜੇਬ ਯਾਰ ਦੀ ਵੇੜਾ ਸੁੰਭਰਾ ਤਾਂ ਛਣਕ ਪਵੇ ਇਹ ਮੱਦੋ ਕੇ ਤੇ ਗੁਰਮਿੰਦਰ ਦੀਆਂ ਲਿਖੀਆਂ ਹੋਈਆਂ ਲੈਣਾ ਮੇਰੇ ਵੀਰਿਓ ਲਓ ਦੇਖੋ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਅਗਲੀ ਕਬੱਡੀ ਪਾ ਰਿਹਾ ਸਾਫ ਵਾਲਾ ਤੇ ਲੋਹਾਰੇ ਦੀਆਂ ਟੀਮਾਂ ਤਿਆਰ ਹੋ ਕੇ ਕਬੱਡੀ ਦੇ ਮੈਦਾਨ ਦੇ ਲਾਗੇ ਆ ਜਾਣ ਨਾਲ ਹੀ 48 ਦੀਆਂ ਟੀਮਾਂ ਵੀ ਤਿਆਰ ਬਰ ਤਿਆਰ ਰਹਿਣਗੀਆਂ ਉਧਰ ਸਰਦਾਰ ਬਾਬੂ ਸਿੰਘ ਜੀ ਕਮੇਟੀ ਮੈਂਬਰ ਸਰਦਾਰ ਬਲਵੀਰ ਸਿੰਘ ਜੀ ਜੱਗਾ ਗੁਰਮੇਲ ਸਿੰਘ ਜੀ ਅਮਨਦੀਪ ਲਾਡੀ ਸਾਡਾ ਵੀਰ ਜਗਸੀਰ ਸਿੰਘ ਜੀ ਸੀਰਾ ਨਿਰਮਲ ਸਿੰਘ ਜੀ
ਮਨਿੰਦਰ ਬੰਟੀ ਸਾਡਾ ਵੀਰ ਹਰਪ੍ਰੀਤ ਸਿੰਘ ਜੀ ਅਮਰਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਬਿੱਲੋ ਜਸਵੰਤ ਸਿੰਘ ਜੀ ਹਰਵਿੰਦਰ ਸਿੰਘ ਜੀ ਨੈਸਲੇ ਸਵਰਗੀਆ ਸਰਦਾਰ ਮੇਲਾ ਸਿੰਘ ਜੀ ਜੋ ਸਾਡੇ ਦਰਮਿਆਨ ਭਾਵੇਂ ਨਹੀਂ ਰਹੇ ਪਰ ਉਹ ਸਾਡੀ ਕਮੇਟੀ ਦੇ ਮੈਂਬਰ ਸਨ ਨਾਲ ਹੀ ਤਲਵਿੰਦਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਇਹਨਾਂ ਸਾਰੇ ਕਮੇਟੀ ਦੇ ਮੈਂਬਰਾਂ ਦਾ ਸਮੁੱਚੀ ਬਾਬਾ ਜੀ ਦੇ ਦਰਬਾਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਹੈ ਦੇਖੋ ਖੇਡ ਮੈਦਾਨ ਦੇ ਵਿੱਚ ਬੋਨਾ ਦੀ ਟੀਮ ਜਿਹੜੀ ਮੋਗਾ ਵਨ ਬਲਾਕ ਦੀ ਹੈ ਉਹ ਬੀਡੀਓ ਸਾਹਿਬ ਡੀਡੀਪੀਓ ਕੋਲ ਰਿਪੋਰਟ ਕਰਨ ਮੋਨਾ ਮੋਗਾ ਵਨ ਬਲਾਕ ਦੀ ਟੀਮ ਦੇ ਜੋ ਬੀਡੀਓ ਸਾਹਿਬ ਹੈ ਉਹ ਡੀਡੀਪੀਓ ਸਾਹਿਬ ਕੋਲ ਰਿਪੋਰਟ ਕਰਨ ਉਹਨਾਂ ਦੀ ਟੀਮ ਆਈ ਹੈ ਜਾਂ ਨਹੀਂ ਉਹ ਆ ਕੇ ਦੱਸਣ ਖਾਈ ਤੇ ਬੋਨੇ ਦਾ ਮੈਚ ਹੋਣਾ ਉਹ ਟੀਮਾਂ ਜਿਹੜੀਆਂ ਤਿਆਰ ਬਰ ਤਿਆਰ ਰਹਿਣਗੀਆਂ ਵੀਰੀ ਕੀ ਚੱਕਰ ਹੈ ਯਾਰ ਭਾਰ ਪਾਤਾ ਕਰ ਦੋ ਬਾਹਰ ਯਾਰ ਕੀ ਕਰਦੇ ਆ ਬਾਹਰ ਕੱਢੋ ਯਾਰ ਜਿਹਦਾ ਭਾਰ ਪਾਤਾ ਨਾਲੇ ਕੰਨ ਤੱਤੇ ਕਰੋ ਉਹਦੇ ਉਹ ਜਿਹੜੇ ਪਲੇਅਰ ਦਾ ਭਾਰ ਵੱਧਦਾ ਯਾਰ ਜਿਹਦਾ ਵੇਟ ਹੀ ਨਹੀਂ ਆਇਆ ਉਹਨੂੰ ਬਾਹਰ ਕੱਢ ਦੋ ਪਤੰਦਰ ਹੋਏ ਤਾਂ 35 ਕਿਲੋ ਬਹੁਤ ਦੂਰ ਆ ਹਜੇ ਕਬੱਡੀ ਦੇ ਡੇਰੇ ਬਹੁਤ ਦੂਰ ਆ ਕਬੱਡੀ ਖੇਡਣੀ ਸੌਖੀ ਨੀ ਫਕੀਰ ਬਣਨਾ ਪੈਂਦਾ ਕਬੱਡੀ ਲਈ ਹੈਲੋ ਉਹ ਜੱਸੇ ਨਾ ਵੇਟ ਕਰ ਯਾਰ ਉਹ ਜੱਸੇ ਸਾਰੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ ਆਪਾਂ ਧੰਨਵਾਦ ਕਰਦੇ ਸਾਰੇ ਮਿੱਤਰਾਂ ਦਾ 48 ਦੀਆਂ ਟੀਮਾਂ ਖੋਸਾ ਰਣਧੀਰ ਤੇ ਚੀਮਾਂ ਤਿਆਰ ਹੋ ਜਾਣ ਚੀਮੇ ਤੇ ਖੋਸਾ ਰਣਧੀਰ ਹੈਲੋ ਕਬੱਡੀ ਪੰਜ ਛੇ ਕੁਰਸੀਆਂ ਲੈ ਕੇ ਨਾ ਕੁੱਤੇ ਨੂੰ ਗਰਾਉਂਡ ਨੂੰ ਜਾਣਾ ਕੁਰਸੀਆਂ ਬਣਾ ਪੰਜ ਛੇ ਤਲਵੰਡੀ ਭਗੇਰੀਆਂ ਤੇ ਬਾਬਾ ਦਾਮੂ ਸ਼ਾਹ ਜੀ ਕਬੱਡੀ ਗਰਾਊਂਡ ਲੁਹਾਰਾ ਧੱਲੇ ਕੇ ਤੇ ਘਲਕਣਾ ਰੱਜੀ ਵਾਲਾ ਤੇ ਜਨੇਰ ਦੀਆਂ ਟੀਮਾਂ 48 ਦੀਆਂ ਇਹ ਵੀ ਤਿਆਰ ਬਰਤਿਆ ਰਹਿਣਗੀਆਂ ਇਹਨਾਂ ਟੀਮਾਂ ਨੂੰ ਸਾਡੀ ਬੇਨਤੀ ਹੈ ਟੀਮਾਂ ਜਿਹੜੀਆਂ ਤਿਆਰ ਬਰਤਿਆ ਰਹਿਣਗੀਆਂ ਦੇਖੋ ਸਾਹਮਣੇ ਉਸ ਵੇਲੇ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਕਰਮਾਂ ਵਾਲੀ ਧਰਤੀ ਹੈ ਮੇਰੇ ਵੀਰ ਉੱਤੇ ਕਰਮਾਂ ਵਾਲੀ ਖੇਡ ਖੇਡੀ ਜਾ ਰਹੀ ਹੈ ਧੰਨ ਧੰਨ ਫੱਗਰ ਬਾਬਾ ਦਾਮੂ ਸ਼ਾਹ ਜੀ ਖੇਡ ਸਟੇਡੀਅਮ ਲੁਹਾਰੇ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਸਾਰੀ ਪਹੁੰਚੀ ਰੱਬ ਰੂਪੀ ਸੰਗਤ ਦਾ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਦਾਤੇ ਵਾਲੇ ਭੀਰੀ ਨੇ ਵਿਸਲ ਮਾਰੀ ਹੈ ਇਹ ਪੁਆਇੰਟ ਇਸ ਵੇਲੇ ਰੇਡਰ ਦਾ ਮੈਚ ਸਮਾਪਤ ਮੀਤਾ ਬਾਈ ਕਹਿੰਦਾ ਵੀ ਟੀਮ ਇਸ ਮੈਚ ਦੇ ਵਿੱਚੋਂ ਕਿਹੜੀ ਜਿੱਤ ਗਈ ਬਾਈ ਫਤਿਹਗੜ੍ਹ ਕੋਰੋਟਾਣਾ ਜੇਤੂ ਰਹੀ ਹੈ ਫਤਿਹਗੜ੍ਹ ਕੋਰੋਟਾਣੇ ਦੀ ਟੀਮ ਜੇਤੂ ਰਹੀ ਹੈ ਇੱਧਰ ਬਲਾਕ ਦੀਆਂ ਖੇਡਾਂ ਜਿਹੜੀ ਓਪਨ ਦੀ ਟੀਮ ਬਲਾਕ ਦੀ ਹੈ ਇਹ ਖਾਈ ਦੀ ਟੀਮ ਆ ਗਈ ਹੈ ਬੋਨੇ ਦੀ ਟੀਮ ਨੂੰ ਬੇਨਤੀ ਹੈ ਉਹ ਵੀ ਜਲਦੀ ਨਾਲ ਖਿਡਾਰੀ ਜਿਹੜੇ ਗਰਾਊਂਡ 'ਚ ਰਿਪੋਰਟ ਕਰਨ ਰਾਊਕੇ ਵਾਲਾ ਬੇਅੰਤ ਸਿੰਘ ਵੀਰ ਧੂੜਕੋਟੀਆ ਮੀਤ ਖਾਈ ਵਾਲਾ ਕਬੱਡੀ ਦੇ 17 ਨਾਲ ਲੈਸ ਹੋ ਕੇ ਟੀਮਾਂ ਪਹੁੰਚ ਚੁੱਕੀਆਂ ਮੇਰੀ ਬੇਨਤੀ ਹੈ ਵੀ ਅਗਲੀ ਜਿਹੜੀ ਟੀਮ ਹੈ ਬੋਨੇ ਦੀ ਉਹ ਵੀ ਗੱਭਰੂ ਜਿਹੜੇ ਗਰਾਊਂਡ 'ਚ ਆ ਜਾਣ ਬੋਨੇ ਦੀ ਟੀਮ ਦੇ ਖਿਡਾਰੀ ਜਿਹੜੇ ਉਹ ਜਲਦ ਕਬੱਡੀ ਦੇ ਮੈਦਾਨ 'ਚ ਰਿਪੋਰਟ ਕਰਨ ਆਓ ਬਾਈ ਖੋਸਾ ਰਣਧੀਰ ਤੇ ਚੀਮਾ 48 ਦੀਆਂ ਟੀਮਾਂ ਪਰ ਸਾਫੂ ਵਾਲਾ ਤੇ ਲੁਹਾਰਾ ਵੀ ਆਇਆ ਕਿ ਨਹੀਂ ਓਏ ਆ ਜਾਓ ਯਾਰ ਪਤੰਦਰੋ ਭਾਸ਼ਾ ਪੰਜਾਬੀ ਬੋਲਦਾ ਮੈਂ ਦੀਪਕ ਖਾਈ ਵਾਲਾ ਕਬੱਡੀ ਦੇ 17 ਨਾਲ ਲੈਸ ਹੋ ਕੇ ਟੀਮਾਂ ਆਈਆਂ ਬਲਾਕ ਦੀਆਂ ਵੀ ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਜਿਹੜਾ ਕੁਛ ਰਹਿ ਮੈਚ ਜਿਹੜੇ ਰਹਿੰਦੇ ਹੈ ਕੱਲ ਮੌਸਮ ਦੀ ਖਰਾਬੀ ਹੋਣ ਕਰਕੇ ਮੌਸਮ ਮੈਚ ਜਿਹੜੇ ਨਹੀਂ ਹੋ ਸਕੇ ਪਰ ਅੱਜ ਉਹ ਮੈਚ ਜਿਹੜੇ ਕਰਵਾਏ ਜਾ ਰਹੇ ਹੈ ਖਾਈ ਤੇ ਬੋਨੇ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ ਪਲੀਜ਼ ਇਹ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ 'ਚ ਆ ਜਾਣ ਨਾਲ ਹੀ 48 ਦੀਆਂ ਟੀਮਾਂ ਖੋਸਾ ਰਣਧੀਰ ਤੇ ਮੇਰੀ ਬੇਨਤੀ ਹੈ ਚੀਮਿਆਂ ਨੂੰ ਇਹ ਵੀ ਟੀਮਾਂ ਜਿਹੜੀਆਂ ਤਿਆਰ ਪਰ ਤਿਆਰ ਰਹਿਣਗੀਆਂ ਚੀਮਾਂ ਦੇ ਖੋਸਾ ਰਣਧੀਰ 48 ਕਿਲੋ ਦੀਆਂ ਟੀਮਾਂ ਤਿਆਰ ਪਰ ਤਿਆਰ ਰਹਿਣਗੀਆਂ ਮੇਰੀ ਬੇਨਤੀ ਇਹਨਾਂ ਟੀਮਾਂ ਨੂੰ ਆਪਾਂ ਜਿਉਂ ਹੀ ਖਿਡਾਰੀਆਂ ਨੂੰ ਸੱਦਾ ਦਿੰਦੇ ਉਵੇਂ ਖਿਡਾਰੀ ਜਿਹੜੇ ਗਰਾਊਂਡ 'ਚ ਪੁੱਜਣਗੇ ਖੇਡਾਂ ਵਿੱਚੋਂ ਖੇਡ ਵੱਡੀ ਜੀ ਨੂੰ ਆਖਦੇ ਕਬੱਡੀ
ਤੇ ਖੇਡੀ ਜਾਂਦੀ ਹੈ ਲਾ ਕੇ ਜਿਹੜੀ ਪੂਰਾ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ 48 ਦੀਆਂ ਟੀਮਾਂ ਅਗਲੇ ਮੈਚ ਦੀਆਂ ਖੋਸਾ ਰਣਧੀਰ ਤੇ ਚੀਮਾ ਹੱਥ ਖੜੇ ਕਰੋ ਬਾਈ ਤਿਆਰ ਹੈ 48 ਕਿਲੋ ਵਾਲੇ ਠੀਕ ਹੈ ਜੀ ਤਲਵੰਡੀ ਭੰਗੇੜੀਆਂ ਤੇ ਬਾਬਾ ਦਾਮੂ ਸ਼ਾਹ ਕਬੱਡੀ ਕਲੱਬ ਲੋਹਾਰਾ ਇਹ ਵੀ ਟੀਮਾਂ ਤਿਆਰ ਬਰ ਤਿਆਰ ਹੋ ਜਾਣ ਧੱਲੇ ਕਹਿੰਦੇ ਘੱਲਾਂ ਨਾਲ ਖੇਡਣਾ ਜਨੇਰ ਤੇ ਰੱਜੀ ਵਾਲੇ ਦਾ ਮੈਚ ਹੋਣਾ ਇਹ ਟੀਮਾਂ ਤਿਆਰ ਬਰ ਤਿਆਰ ਰਹਿਣਗੀਆਂ ਅੰਗਰੇਜ਼ ਇੰਦਗੜ ਵਾਲਾ ਉਹ ਵੀਰ ਆ ਕੇ ਮੇਰੇ ਨਾਲ ਸੰਪਰਕ ਕਰੇ ਅੰਗਰੇਜ਼ ਇੰਦਗੜ ਵਾਲਾ ਸਾਰੇ ਕਬੱਡੀ ਦੇ ਰੈਫਰੀਆਂ ਦਾ ਸਾਰੇ ਕਬੱਡੀ ਦੇ ਬੁਲਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਧੰਨਵਾਦ ਯੋਧਾ ਇਟਲੀ ਵਾਲਾ ਸਾਡਾ ਵੀਰ ਬਲਵੰਤ ਮਡੀਲਾ ਜਸਵਿੰਦਰ ਕਨੇਡਾ ਤੇ ਯੋਧਾ ਆਸਟ੍ਰੇਲੀਆ ਵਾਲਾ ਸਾਡਾ ਯਾਰ ਜਿਨ੍ਹਾਂ ਨੇ 15 ਤਰੀਕ ਨੂੰ ਮਾਨ ਸਨਮਾਨ ਦੇਣੇ ਹੈ ਆਪਾਂ ਉਹਨਾਂ ਵੀਰਾਂ ਦੇ ਵੀ ਧੰਨਵਾਦ ਕਰਦੇ ਹਾਂ ਬਹੁਤ ਵੱਡੇ ਧੰਨਵਾਦ ਉਹਨਾਂ ਮਿੱਤਰਾਂ ਦੇ ਹੈ ਭਾਵੇਂ ਵਿਦੇਸ਼ਾਂ ਚ ਬੈਠੇ ਹੈ ਹੈਲੋ ਆ ਫਤਿਹਗੜ੍ਹ ਦੇ ਬਾਰੇ ਜਿਹੜੀ ਦਿੱਤੀ ਹੈ ਫਤਿਹਗੜ੍ਹ ਬਾਈ ਫਤਿਹਗੜ੍ਹ ਫਤਿਹਗੜ੍ਹ ਦੀ ਟੀਮ ਜਿਹੜੀ ਜੇਤੂ ਰਹੀ ਹੈ ਪਿਛਲੇ ਮੈਚ ਦੇ ਵਿੱਚੋਂ ਮੇਰੀ ਬੇਨਤੀ ਖੋਸਾ ਰਣਧੀਰ ਤੇ ਚੀਮੇ ਦੀਆਂ ਟੀਮਾਂ ਤਿਆਰ ਬਰ ਤਿਆਰ ਰਹਿਣਗੀਆਂ ਲਓ ਵੇਖੋ ਸਾਹਮਣੇ ਉਸੇ ਵੇਲੇ ਲੱਗਿਆ ਪਿਆ ਜ਼ੋਰ ਤਾੜੀਆਂ ਮਾਰਦਿਆ ਕਰੋ ਦਰਸ਼ਕ ਵੀਰੋ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਵੇਖੋ ਸਾਹਮਣੇ ਗੱਭਰੂ ਵਾਧਾ ਹੋਇਆ ਚੀਮਾ ਤੇ ਖੋਸਾ ਰਣਧੀਰ ਧਾੜੀ ਦੀਆਂ ਟੀਮਾਂ ਤਿਆਰ ਹੋ ਜਾਣ ਤਲਵੰਡੀ ਭਗੇੜੀਆਂ ਤੇ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਇਹ ਵੀ ਟੀਮਾਂ ਤਿਆਰ ਪਰ ਤਿਆਰ ਰਹਿਣ ਚੀਮਾ ਤੇ ਖੋਸਾ ਰਣਧੀਰ ਬਿਲਕੁਲ ਤਿਆਰ ਹੈ ਤੇ ਤਲਵੰਡੀ ਭੰਗੇੜੀਆਂ ਤੇ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਵੀ ਆ ਜਾਣ ਧੱਲੇ ਕਹਿੰਦੇ ਘੱਲਾ ਨਾ ਖੇਡਣਾ ਜਨੇਰ ਤੇ ਰੱਜੀਆਂ ਦਾ ਮੈਚ ਹੋਣਾ ਇਹ ਟੀਮਾਂ ਤਿਆਰ ਪਰ ਤਿਆਰ ਰਹਿਣਗੀਆਂ ਕਿਰਪਾ ਬਾਬੇ ਦਾਮੂ ਸ਼ਾਹ ਦੀ ਮੇਰੇ ਵੀਰੇ ਇਸ ਪੂਰੇ ਏਰੀਏ ਦੇ ਉੱਤੇ ਕੁੱਲ ਦੁਨੀਆ ਨਤਮਸਤਕ ਹੁੰਦੀ ਇਸ ਨਗਰ ਦੇ ਵਿੱਚ ਹਰ ਇੱਕ ਖਿਡਾਰੀ ਮਾਣ ਮਹਿਸੂਸ ਕਰਦਾ ਦਾਤੇ ਵਾਲੇ ਇਸ ਗਰਾਊਂਡ 'ਚ ਖੇਡ ਕੇ ਤੇ 15 ਤਰੀਕ ਨੂੰ ਵੀ ਉਹ ਹੋਣਾ ਜਿਹਨੂੰ ਸਿਰਾ ਕਹਿੰਦੇ ਹੈ ਕਬੱਡੀ ਦੇ ਸਤਾਰਾਂ ਨੇ ਪੁੱਛਣਾ ਪੂਰਾ 1,25,000 ਰੁਪਇਆ ਪਹਿਲਾ ਪ੍ਰਾਈਜ਼ ਦੇਣਾ ਕਬੱਡੀ ਓਪਨ ਨੂੰ ਸੈਕਿੰਡ ਪ੍ਰਾਈਜ਼ 1,00,000 ਰੁਪਇਆ ਤੇ 3-3.5 ਲੱਖ ਰੁਪਏ ਦੀ ਕੀਮਤ ਦੇ 2 ਨੀਲੇ ਰੰਗ ਦੇ ਫੋੜ ਤਿਆਰ ਕਰਾ ਕੇ ਲਿਆਂਦੇ ਆ ਪ੍ਰਬੰਧਕੀ ਕਮੇਟੀ ਨੇ ਜਿਹੜੇ ਬੈਸਟ ਏਡਰ ਤੇ ਜਾਫੀ ਦੇ ਦਿੱਤੇ ਜਾ ਰਹੇ ਹੈ ਕਿਹੜੀ ਉਹ ਕਰਮਾਂ ਵਾਲੀ ਮਾਂ ਹੋਣੀ ਹੈ ਤੇ ਕਿਹੜਾ ਉਹ ਕਰਮਾਂ ਵਾਲਾ ਪੁੱਤ ਹੋਣਾ ਉਸ ਮਾਂ ਦਾ ਜਿਹਨੇ 15 ਤਰੀਕ ਨੂੰ ਲੋਹਾਰੇ ਦੇ ਵਿੱਚੋਂ ਨੀਲੇ ਰੰਗ ਦੇ ਫੋੜ ਤੇ ਸਵਾਰ ਹੋ ਕੇ ਜਾਣਾ ਇਹ ਗੱਲਾਂ ਸਮੇਂ ਦੀਆਂ ਹੋਣਗੀਆਂ ਸੱਚੇ ਪਾਤਸ਼ਾਹ ਜਾਣਦਾ ਹੈ ਵੀ ਕਿਹੜਾ ਭਾਗਾਂ ਵਾਲਾ ਖਿਡਾਰੀ ਹੋਣਾ ਜਿਹੜਾ ਲੋਹਾਰੇ ਚੋਂ ਬੈਸਟ ਚੁਣਿਆ ਜਾਊਗਾ ਇਹ ਗੱਲਾਂ ਮੇਰੇ ਵੀਰ ਉਸ ਸਮੇਂ ਨਾ ਹੋਣਗੀਆਂ ਬੋਨਾ ਤੇ ਖਾਈ ਪਿੰਡਰ ਬੋਨਾ ਖਾਈ ਚੰਦ ਪੁਰਾਣਾ ਤਲਵੰਡੀ ਭੰਗੇੜੀਆਂ ਲੰਡੇ ਮਸੀਤਾਂ ਰੋਡੇ ਬਾਬਾ ਜੀਵਨ ਸਿੰਘ ਕਲੱਬ ਧੱਲੇ ਕੇ ਤੇ ਪਤੋਈਰਾ ਸਿੰਘ ਇਹਨਾਂ ਸਾਰੀਆਂ ਟੀਮਾਂ ਦੇ ਕੈਪਟਨ ਸਟੇਜ ਦੇ ਉੱਤੇ ਰਿਪੋਰਟ ਕਰਨ ਇਹਨਾਂ ਸਾਰੀਆਂ ਟੀਮਾਂ ਦੇ ਕੈਪਟਨ ਜਿਹੜੇ ਇਹਨਾਂ ਦੇ ਜ਼ਿੰਮੇਵਾਰ ਬੰਦੇ ਹੈ ਉਹ ਜਲਦੀ ਤੋਂ ਜਲਦੀ ਸਟੇਜ ਦੇ ਉੱਤੇ DGPO ਸਾਹਿਬ ਕੋਲ ਰਿਪੋਰਟ ਕਰਨ ਸਾਡੀ ਬੇਨਤੀ ਹੈ ਜਿਹੜੀਆਂ ਟੀਮਾਂ ਦੇ ਮੈਂ ਨਾਮ ਬੋਲਿਆ ਬਲਾਕਾਂ ਦੀਆਂ ਟੀਮਾਂ ਦੇ ਹੁਕਮ ਨੇ ਇਹ ਸਾਰੀਆਂ ਟੀਮਾਂ ਦੇ ਪਲੇਅਰ 10 ਮਿੰਟ ਦੇ ਵਿੱਚ ਸਟੇਜ ਤੇ ਰਿਪੋਰਟ ਕਰ ਦੇਣ ਨਹੀਂ ਅਸੀਂ ਮੈਚ ਜਿਹੜੇ ਨਹੀਂ ਕਰਵਾਉਣੇ ਟੀਮਾਂ ਜਿਹੜੀਆਂ ਆਈਆਂ ਉਹਨਾਂ ਨੂੰ ਖੜਾ ਦੇਣਾ ਹੈ ਬਾਕੀ ਟੀਮਾਂ ਕੱਟ ਦੇਣੀ ਹੈ 10 ਮਿੰਟ ਦੇ ਵਿੱਚ ਜੇ ਟੀਮਾਂ ਜਿਹੜੀਆਂ ਸਟੇਜ ਦੇ ਉੱਤੇ ਰਿਪੋਰਟ ਕਰਨ ਖੋਸਾ ਰਣਧੀਰ ਤੇ ਚੀਮਿਆਂ ਦਾ ਮੈਚ ਹੋਣਾ ਆਹ ਮੈਚ ਚੋਂ ਬਾਈ ਲੋਹਾਰੇ ਦੀ ਬੀ ਟੀਮ ਜਿੱਤ ਗਈ ਹੈ ਜੱਗੇ ਬਾਈ ਲੋਹਾਰਾ ਬੀ ਜਿੱਤ ਗਈ ਹੈ ਨੋਟ ਕਰ ਲਓ ਲੋਹਾਰੇ ਪਿੰਡ ਦੀ ਬੀ ਟੀਮ ਜਿਹੜੀ ਜੇਤੂ ਰਹੀ ਹੈ 48 ਕਿਲੋ ਖੋਸਾ ਰਣਧੀਰ ਤੇ ਚੀਮਿਆਂ ਦੀਆਂ ਟੀਮਾਂ ਇਹ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਵਿੱਚ ਸੈਂਟਰ ਲਾਈਨ ਦੇ ਉੱਤੇ ਆ ਜਾਣ ਅੜਤਾਲੀ ਕਿਲੋ ਖੋਸਾ ਰਣਧੀਰ ਤੇ ਚੀਮਾਂ ਉਹ ਪਤੰਦਰੋਂ ਲੜੀ ਜਾਂਦੇ ਤੁਸੀਂ ਬਾਹਰ ਚਲੋ ਯਾਰ ਬਾਹਰ ਜਾ ਕੇ ਲੜੋ ਯਾਰ ਮੀਤੇ ਬਾਈ ਭੇਜ ਯਾਰ ਬਾਹਰ ਇਹਨਾਂ ਨੂੰ ਮੈਚ ਹੋ ਗਿਆ ਤੁਹਾਡਾ ਕੰਮ ਨਿਬੜ ਗਿਆ ਹੁਣ ਤੁਹਾਨੂੰ ਰਜਿਸਟਰੀ ਕਰਾ ਕੇ ਦਈਏ ਅਸੀਂ
ਕਿਹੜੀ ਜਿੱਤ ਗਈ ਬਾਈ? ਬਾਈ ਇਹ ਚੋਂ ਲੋਹਾਰੇ ਦੀ ਬੀ ਟੀਮ ਜਿੱਤ ਗਈ। ਪਹਿਲਾਂ ਲੋਹਾਰਾ ਏ ਖੇਡੀ ਆ ਨਾ ਫਤਿਹਗੜ੍ਹ ਨਾਲ, ਇਹ ਤੁਸੀਂ ਦੇਖ ਲਓ। ਹੁਣ ਇਹ ਚੋਂ ਲੋਹਾਰੇ ਦੀ ਟੀਮ ਜਿੱਤੀ ਹੈ, ਜਿਹੜਾ ਮੈਚ ਹੁਣ ਹੋਇਆ ਸਾਫੂ ਵਾਲੇ ਨਾਲ, ਇਹ ਚੋਂ ਲੋਹਾਰਾ ਜਿੱਤੀ ਹੈ। ਆਹ ਮੈਚ ਹੁਣ 48 ਕਿਲੋ ਦਾ ਹੋਣ ਲੱਗਿਆ ਖੋਸਾ ਰਣਧੀਰ ਤੇ ਚੀਮਿਆਂ ਦਾ। ਇਹ ਟੀਮਾਂ ਬਾਈ ਸੈਂਟਰ ਲੈਣ ਤੇ, ਹੁਣ ਰੈਫਰੀ ਕਿੱਧਰ ਗਏ ਯਾਰ? ਉਹ ਬੀਰੀ ਬੰਬ ਆਓ ਯਾਰ, ਇੱਧਰ ਟੀਮਾਂ ਗਰਾਊਂਡ ਚ ਫਿਰਦੀਆਂ ਬਾਈ। ਦੋਨੇ ਟੀਮਾਂ ਆਪਣੀਆਂ ਸਾਈਡਾਂ ਲੈ ਲਓ। ਇੱਕ ਟੀਮ ਆਈ ਹਾਲੇ ਮਲਾਦਾ, ਕਿਹੜੀ ਆਈ ਬਾਈ? ਖੋਸਾ ਰਣਧੀਰ ਆ ਗਈ ਚੀਮਿਆਂ ਵਾਲੇ। ਕਿੱਥੇ ਪਤੰਦਰੋ, ਗੁਆਂਢ ਪਿੰਡ ਆ ਯਾਰ ਤੁਹਾਡਾ? ਸੇਬੀ ਸਾਂਭ ਯਾਰ ਜ਼ਿੰਮੇਵਾਰੀਆਂ। ਖੋਸਾ ਰਣਧੀਰ ਤੇ ਚੀਮਾ 48 ਕਿਲੋ ਇਹਨਾਂ ਦੋ ਟੀਮਾਂ ਦੇ ਦਰਮਿਆਨ ਅਗਲੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਤਲਵੰਡੀ ਪੰਗੇਰੀਆਂ ਤੇ ਬਾਬਾ ਦਾਮੂ ਸ਼ਾਹ ਜੀ ਕਬੱਡੀ ਕਲੱਬ ਲੋਹਾਰੇ ਦੀਆਂ ਟੀਮਾਂ ਅਗਲੇ ਮੈਚ ਦੀਆਂ। ਉਹ ਪਲੀਜ਼ ਜਲਦੀ ਨਾਲ ਕਬੱਡੀ ਦੇ ਮੈਦਾਨ ਦੇ ਲਾਗੇ ਆ ਜਾਣ। ਫਕਰ ਬਾਬਾ ਦਾਮੂ ਸ਼ਾਹ ਜੀ ਕਬੱਡੀ ਕਲੱਬ ਲੋਹਾਰਾ ਤੇ ਤਲਵੰਡੀ ਪੰਗੇਰੀਆਂ, ਇਹ ਵੀਰੇ ਉੱਪਰ ਜਾ ਕੇ ਸੰਪਰਕ ਕਰੋ ਤੁਸੀਂ। ਹਾਂਜੀ, ਕੇਵਲ ਵਾਲਾ ਵੀਰ ਸਾਡਾ ਜਿਹਨੇ ਪਿੰਡ ਦੇ ਵਿੱਚ ਲਾਈਵ ਦਿਖਾਉਣਾ ਹੈ, ਮੋਗੇ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ, ਉਹ ਆਪਣੀ ਲਾਈਵ ਵਾਲੇ ਵੀਰਾਂ ਕੋਲੋਂ ਤਾਰ ਜੋੜ ਲਵੇ। ਕੇਵਲ ਵਾਲਾ ਵੀਰ, ਸਾਡੀ ਬੇਨਤੀ ਹੈ। ਉਧਰ ਮੈਚ ਖੋਸਾ ਰਣਧੀਰ ਤੇ ਚੀਮਿਆਂ ਦਾ ਸ਼ੁਰੂ ਹੋਣ ਜਾ ਰਿਹਾ ਹੈ। ਚੀਮਿਆਂ ਦੀ ਟੀਮ ਮੀਤੇ ਬਾਈ ਲਹਿੰਦੇ ਵਾਲੇ ਪਾਸੇ ਹੈ, ਚੜ੍ਹਦੇ ਵਾਲੇ ਪਾਸੇ ਖੋਸਾ ਰਣਧੀਰ। ਮੇਨ ਰੋਡ ਵਾਲੇ ਪਾਸੇ ਟੀਮ ਖੋਸਿਆਂ ਦੀ ਹੈ ਤੇ ਦੂਜੇ ਪਾਸੇ ਟੀਮ ਬਾਬੇ ਰਣਧੀਰ ਸਿੰਘ ਦੀ ਧਰਤੀ। ਵੇਖੋ ਸਾਹਮਣੇ ਤਿੰਨ ਚਾਰ ਖੋਸੇ ਜਿਹੜੇ ਜ਼ਿਲ੍ਹੇ ਮੋਗੇ ਦੇ ਬੜੇ ਪ੍ਰਸਿੱਧ ਆ ਮੇਰੇ ਵੀਰੇ। ਇੱਕ ਖੋਸਾ ਕੋਟਲਾ, ਖੋਸਾ ਮਾਡੋ, ਖੋਸਾ ਰਣਧੀਰ ਤੇ ਖੋਸਾ ਦਲ ਸਿੰਘ ਵਾਲਾ। ਇਹ ਪਿੰਡ ਜਿਹੜੇ ਬੜੇ ਪ੍ਰਸਿੱਧ ਹੈ, ਮਧੋਕੇ ਵਾਲੇ ਕੋਟੇ ਦਾ ਫੈਸਲਾ ਵੀ ਇਹ ਪੁਆਇੰਟ ਨੌਜਵਾਨਾਂ ਜਾਫੀ ਦਾ, ਇਹ ਪੁਆਇੰਟ ਨੌਜਵਾਨਾਂ ਜਾਫੀ ਦਾ। ਕੋਈ ਗੱਲ ਨੀ, ਸਾਰੇ ਇੱਕੋ ਜਿਹੇ ਲੱਗਦੇ ਆ, ਭੁਲੇਖਾ ਪੈ ਜਾਂਦਾ ਹੈ। ਕੋਟਿਆ ਅੱਖਾਂ ਖੋਲ ਨੌਜਵਾਨ। ਤਲਵੰਡੀ ਪੰਗੇਰੀਆਂ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਅਗਲੇ ਮੈਚ ਲਈ ਟੀਮਾਂ ਤਿਆਰ ਆ ਬਾਈ, ਹੱਥ ਖੜੇ ਕਰੋ। ਤਲਵੰਡੀ ਪੰਗੇਰੀਆਂ ਤੇ ਬਾਬਾ ਦਾਮੂ ਸ਼ਾਹ ਕਬੱਡੀ ਕਲੱਬ ਲੋਹਾਰਾ, ਇਹ ਟੀਮਾਂ ਤਿਆਰ ਹੈ ਕਿ ਨਹੀਂ ਬਾਈ? ਤਲਵੰਡੀ ਤੇ ਲੋਹਾਰਾ 48 ਕਿਲੋ ਦੀਆਂ ਟੀਮਾਂ ਕਿੱਥੇ ਹੈ? ਜਲਦੀ ਆਉਣ ਇਹ ਟੀਮਾਂ। ਧੱਲੇ ਕੇ ਤੇ ਘੱਲ ਕਲਾਂ, ਰੱਜੀ ਵਾਲਾ ਤੇ ਜਨੇਰ ਅੰਗਰੇਜ਼ ਜਲਦੀ ਨਾਲ ਕਬੱਡੀ ਦੇ ਮੈਦਾਨ ਜਾਣਗੇ, ਮੇਰੀ ਬੇਨਤੀ ਹੈ। ਆਹ ਵੇਖੋ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਖੋਸੇ ਰਣਧੀਰ ਵਾਲਾ ਕਬੱਡੀ ਪਾ ਰਿਹਾ। ਲੋਹਾਰੇ ਦੀ ਟੀਮ ਨੂੰ 22 ਆ, ਔਗਰ ਤੇ ਫਤਿਹਗੜ੍ਹ ਦਾ ਮੈਚ ਹੋਣਾ 35 ਕਿਲੋ ਦਾ, ਇਹ ਵੀ ਤਿਆਰ ਰਹਿਣ। ਤਲਵੰਡੀ ਪੰਗੇਰੀਆਂ ਤੇ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ 48 ਦੀਆਂ ਟੀਮਾਂ, ਧੱਲੇ ਕਿਤੇ ਘੱਲ ਕਲਾਂ, ਰੱਜੀ ਵਾਲਾ ਤੇ ਜਨੇਰ। ਹੁਣ ਦੁਬਾਰਾ ਆਵਾਜ਼ ਨਹੀਂ ਮਾਰਨੀ ਕਿਸੇ ਟੀਮ ਨੂੰ, ਇਹ ਟੀਮਾਂ ਨੋਟ ਕਰ ਲੈਣ। ਦੇਖੋ ਚੀਮਿਆਂ ਵਾਲਾ ਨੌਜਵਾਨ ਗੱਭਰੂ ਇਸ ਵੇਲੇ ਕਬੱਡੀ ਪਾ ਰਿਹਾ ਹੈ, ਉਧਰ ਪਾਈ ਹੈ ਕਬੱਡੀ ਨੌਜਵਾਨ ਤੇ ਪੁਆਇੰਟ ਇਸ ਵੇਲੇ ਰੇਡਰ ਦਾ। ਕੱਲ ਤੇ ਪਰਸੋਂ 13 ਤੇ 14 ਤਰੀਕ ਪੁਰਾਣੇ ਵਾਲ ਦੇ ਕਬੱਡੀ ਕੱਪ ਦੀ ਹੈ, 14 ਤਰੀਕ ਨੂੰ ਪੁਰਾਣੇ ਵਾਲ ਦੇ ਵਿੱਚ ਕਬੱਡੀ ਓਪਨ ਦੇ ਮੈਚ ਖੇਡੇ ਜਾਣਗੇ। 1,75,000 ਰੁਪਇਆ ਪਹਿਲਾ ਦੂਜਾ ਪ੍ਰਾਈਜ਼ ਹੈ, 3 ਖਿਡਾਰੀ ਬਾਹਰੋਂ ਆ ਤੇ ਵੱਡੀਆਂ ਵੱਡੀਆਂ ਫਰਿੱਜਾਂ 235 ਲੀਟਰ ਦੀਆਂ, ਉਹ ਜਿਹੜੀਆਂ ਬੈਸਟ ਰੇਡਰ ਜਾਫੀ ਨੂੰ ਦਿੱਤੀਆਂ ਜਾਣੀਆਂ, ਪੁਰਾਣੇ ਵਾਲ ਵਾਲਿਆਂ ਨੇ ਦੇਣੀਆਂ ਤੇ ਲੋਹਾਰੇ ਵਾਲਿਆਂ ਨੇ ਫੋੜ ਦੇਣੇ ਹੈ। ਸੇਬੀ ਕਰ ਯਾਰ ਹੱਲ, ਮੇਰੇ ਝੱਗੇ ਪਾੜਦੇ ਆ ਗਏ ਯਾਰ। ਤਲਵੰਡੀ ਤੇ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਤਲਵੰਡੀ ਪੰਗੇਰੀਆਂ ਤੇ ਫੱਕਰ ਬਾਬਾ ਦਾਮੂ ਸ਼ਾਹ ਕਲੱਬ ਲੋਹਾਰਾ ਅਗਲੇ ਮੈਚ ਦੀਆਂ 48 ਕਿਲੋ ਦੀਆਂ ਟੀਮਾਂ ਇਹ ਤਿਆਰ ਬਰ ਤਿਆਰ ਰਹਿਣਗੀਆਂ। ਵੇਖੋ ਸਾਹਮਣੇ ਇਸ ਵੇਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਤੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਖੇਡ ਮੈਦਾਨ ਦੇ ਵਿੱਚ। ਹੈਲੋ ਐਸਕੌਲਟਗਰ ਜੀ, ਹੈਲੋ ਐਸੋਡੇ ਸਟੇ ਸੁਣੋ, ਹੈਲੋ ਆ ਬਾਈ ਸਕੌਲਟਗਰ ਇੱਧਰ ਝਾਕੀ ਬਾਈ ਕਾਲੇ ਕੱਪੜੇ, ਹੈਲੋ ਆ ਬਾਈ ਯਾਰ ਆਣਾ ਬਾਹਰ ਕਰਦੇ ਜਵਾਕ, ਇੱਧਰ ਗੇਟ ਤੇ ਖੜ ਜਾਓ, ਇੱਧਰ ਵਾਰਨ ਨਾ ਦਿਓ।
ਬਾਹਰ ਕੱਢ ਦੇ ਇਥੋਂ ਸਾਰੇ ਤਲਵੰਡੀ ਭੰਗੇਰੀਆਂ ਤੇ ਫੱਕਰ ਬਾਬਾ ਦਾਮੂਸ਼ਾ ਕਲੱਬ ਲੋਹਾਰੇ ਦਾ ਮੈਚ ਹੋਣ ਜਾ ਰਿਹਾ ਹੈ। ਮੀਤੇ ਭਾਈ ਪਹਿਲੇ ਮੈਚ ਕੌਣ ਜਿੱਤਿਆ? ਖੋਸੇ ਜਿੱਤੇ ਚੀਮਾ ਜੱਗੇ ਭਾਈ ਚੀਮੇ ਜਿੱਤ ਗਏ ਆ, ਨੋਟ ਕਰ ਲਓ ਲਾਡੀ ਭਾਈ ਚੀਮਿਆਂ ਦੀ ਟੀਮ ਜਿੱਤ ਗਈ ਆ, ਨੋਟ ਕਰੋ। ਤਲਵੰਡੀ ਭੰਗੇਰੀਆਂ ਤੇ ਬਾਬਾ ਦਾਮੂਸ਼ਾ ਕਲੱਬ ਲੋਹਾਰੇ ਦਾ ਮੈਚ ਹੋਣ ਜਾ ਰਿਹਾ ਹੈ। ਹੈਲੋ ਬਾਈ ਜੀ, ਟੈਂਟ ਵਾਲਿਆਂ ਨੂੰ ਬੇਨਤੀ ਹੈ, ਇੱਕ ਜਣਾ ਮੇਰਾ ਬਾਈ ਆ ਕੇ ਨਾ ਇੱਧਰ ਆ ਕੇ ਸਾਨੂੰ ਮਿਲੇ, ਇੱਕ ਟੈਂਟ ਵਾਲਾ ਮੇਰਾ ਬਾਈ। ਹਾਂਜੀ, ਮੇਰੀ ਬੇਨਤੀ ਆ ਸਾਡੇ ਵਿਭਾਗ ਦੇ ਨੁਮਾਇੰਦਿਆਂ ਨੂੰ, ਪਲੇਅਰ ਕਹਿੰਦੇ ਵੀ ਸਾਨੂੰ ਦੱਸੋ ਮੈਚ ਕਰਾਉਣੇ ਆ ਜਾਂ ਨਹੀਂ, ਕਿਵੇਂ ਆ ਖਾਈ ਵਾਲੇ ਗਰਾਊਂਡ 'ਚ ਖੜੇ ਆ ਦੱਸੋ ਇਹਨਾਂ ਨੂੰ ਜੀ, ਨਹੀਂ ਫਿਰ ਵਿਚਾਰੇ ਗਰਾਊਂਡ 'ਚੋਂ ਬਾਹਰ ਜਾਣ, ਇਹਨਾਂ ਨੂੰ ਫਾਈਨਲ ਕਰ ਦਿਓ ਜੀ ਖੜਾਉਣਾ ਜਾਂ ਨਹੀਂ। ਤਲਵੰਡੀ ਭੰਗੇਰੀਆਂ ਤੇ ਲੋਹਾਰੇ ਦਾ ਮੈਚ ਸ਼ੁਰੂ ਹੋ ਚੁੱਕਿਆ। ਲੋਹਾਰਾ ਮੀਤੇ ਬਾਈ ਚੜ੍ਹਦੇ ਵਾਲੇ ਪਾਸੇ ਆ ਨਾ, ਚੜ੍ਹਦੇ ਵਾਲੇ ਪਾਸੇ ਟੀਮ ਲੋਹਾਰੇ ਦੀ ਤੇ ਤਲਵੰਡੀ ਦੀ ਟੀਮ ਲਹਿੰਦੇ ਵਾਲੇ ਪਾਸੇ। ਆਹ ਵੇਖੋ ਪਹਿਲੀ ਰੇਡ ਤੇ ਪੈ ਗਿਆ ਪੇਚਾ, ਵੱਜ ਗਈ ਕੈਂਚੀ ਖੇਡ ਮੈਦਾਨ ਦੇ ਵਿੱਚ। ਪੁਆਇੰਟ ਇਸ ਵੇਲੇ ਜਾਫੀ ਦਾ, ਪੁਆਇੰਟ ਇਸ ਵੇਲੇ ਜਾਫੀ ਦਾ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ, ਵੰਡਣ ਵਾਲੇ ਵੰਡ ਕਰਕੇ ਪੰਜ ਪਾਣੀਆਂ ਦੀ, ਪਰ ਪਾਣੀ ਅੱਜ ਵੀ ਉਸੇ ਲੈ ਵਿੱਚ ਵਗਦਾ ਹੈ। ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪਰ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਗੁਰੂਆਂ ਤੇ ਪੀਰਾਂ ਦੀ ਧਰਤੀ ਆ ਪੰਜਾਬ, ਸ਼ਹੀਦਾਂ ਦੀ ਧਰਤੀ ਆ ਪੰਜਾਬ। ਮੇਰੇ ਵੀਰੇ ਧੱਲੇ ਕੇ ਤੇ ਘਲਕਲਾਂ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ, ਧੱਲੇ ਕੇ ਤੇ ਘਲਕਲਾਂ 48 ਕਿਲੋ ਗਰਾਊਂਡ 'ਚ ਆ ਜਾਣ। ਦੁਬਾਰਾ ਆਵਾਜ਼ ਨਹੀਂ ਮਾਰਨੀ ਬਈ, ਧੱਲੇ ਕੇ ਤੇ ਕੱਲ 48 ਦੀਆਂ ਟੀਮਾਂ ਗਰਾਊਂਡ 'ਚ ਆ ਜਾਣ। ਮੇਰੀ ਬੇਨਤੀ ਜਨੇਰ ਤੇ ਰੱਜੀ ਵਾਲਾ ਇਹ ਵੀ ਟੀਮਾਂ ਤਿਆਰ ਹੋ ਜਾਣ। ਹਾਂਜੀ, ਭੋਨੇ ਦੀ ਟੀਮ ਜ਼ਿਲ੍ਹਾ ਪੱਧਰੀ ਜਿਹੜੇ ਬਲਾਕ ਦੇ ਮੈਚਾਂ ਦਾ ਮੈਚ ਸੀ ਉਹਨਾਂ ਦਾ ਖਾਈ ਨਾਲ ਉਹ ਨਹੀਂ ਆਈ। ਭੋਨੇ ਦੀ ਟੀਮ ਦੇ ਪਲੇਅਰ ਜੇ ਇੱਥੇ ਹੈਗੇ ਤਾਂ ਦੱਸੋ ਆ ਕੇ, ਨਹੀਂ ਅਸੀਂ ਇੱਕ ਮਿੰਟ ਦੇ ਵਿੱਚ ਖਾਈ ਨੂੰ ਜੇਤੂ ਕਰਾਰ ਦੇਣ ਜਾ ਰਹੇ ਹਾਂ। ਬਾਈ ਜੀ ਵੀਰ ਜਿਨ੍ਹਾਂ ਨੇ ਦਸਤਾਰ ਮੁਕਾਬਲੇ 'ਚ ਹਿੱਸਾ ਲੈਣਾ ਹੈ ਉਹ ਵੀਰ ਜਲਦੀ ਤੋਂ ਜਲਦੀ ਆਪਾਂ ਆਪਣੇ ਨਾਂ ਲਿਖਵਾ ਦਿਓ ਮੇਨ ਸਟੇਜ ਦੇ ਉੱਤੇ। ਦਸਤਾਰਾਂ ਵਾਲੇ ਵੀਰ ਖਾਈ ਨੂੰ ਜੇਤੂ ਲਿਖੋ ਜੀ, ਬੋਨਾ ਕੱਟਦੀ ਹੈ ਖਾਈ ਜੇਤੂ ਲਿਖੋ, ਖਾਈ ਦੀ ਟੀਮ ਜੇਤੂ ਹੈ ਬਲਾਕ ਦੇ ਮੈਚਾਂ ਦੇ ਵਿੱਚੋਂ, ਖਾਈ ਦੀ ਟੀਮ ਜਿੱਤ ਗਈ ਹੈ। ਗਾਂ ਦੀਆਂ ਟੀਮਾਂ ਦੱਸੋ ਜੀ ਕਿਹੜੀਆਂ, ਵਿੱਚ ਇਹ ਕਰਵਾ ਦਿਆਂਗੇ ਵਿੱਚ ਆਹ ਚੱਲੀ ਜਾਣੇ ਆ। ਚੰਦ ਪ੍ਰਾਣਾ ਤੇ ਤਲਵੰਡੀ ਭੰਗੇਰੀਆਂ ਗਰਾਊਂਡ 'ਚ ਆ ਜਾਣ, ਤਲਵੰਡੀ ਆ ਗਈ ਹੈ ਚੰਦ ਪ੍ਰਾਣਾ ਗਰਾਊਂਡ 'ਚ ਆਵੇ। 5 ਮਿੰਟ ਦਾ ਬਾਲੇ ਹੈ ਜੀ, ਇੰਨਾ ਟਾਈਮ ਨਹੀਂ ਇਹਨਾਂ ਨੂੰ ਦੇਣਾ ਆਪਾਂ, 5 ਮਿੰਟ ਦਾ ਬਹੁਤ ਆ। 2 ਮਿੰਟਾਂ 'ਚ ਬਾਈ ਚੰਦ ਪ੍ਰਾਣਾ ਗਰਾਊਂਡ 'ਚ ਆ ਜਾਓ, ਆਪਾਂ ਦੇਖੋ ਘੱਟੋ ਘੱਟ ਮੈਂ 50 ਤੋਂ ਵੀ ਵੱਧ ਵਾਰੀ ਬੋਲਿਆ ਮੈਚ। ਤਲਵੰਡੀ ਭੰਗੇਰੀਆਂ ਆ ਗਈ ਆ ਚੰਦ ਪ੍ਰਾਣਾ, ਬਾਈ ਜੀ 2 ਮਿੰਟਾਂ 'ਚ ਗਰਾਊਂਡ 'ਚ ਆ ਗਈ ਤਾਂ ਠੀਕ ਆ, ਨਹੀਂ ਤਲਵੰਡੀ ਨੂੰ ਵੀ ਵਾਕ ਓਵਰ ਦੇ ਦੇਣਾ। 48 ਕਿਲੋ ਦੀਆਂ ਅਗਲੀਆਂ ਟੀਮਾਂ ਧੱਲੇ ਕੇ ਤੇ ਘਲਕਲਾਂ ਸੈਂਟਰ ਲਾਈਨ ਤੇ ਆਉਣ। ਮੀਤੇ ਬਾਈ ਲੋਹਾਰਾ ਜਿੱਤੀ ਹੈ, ਫੱਕਰ ਬਾਬਾ ਦਾਮੂਸ਼ਾ ਕਲੱਬ ਲੋਹਾਰਾ ਜਿੱਤ ਗਈ। ਜੱਗੇ ਬਾਈ ਨੋਟ ਕਰੋ, ਗਿੰਦਰ ਹੋਣੀ ਪਿੰਦੂ ਪਿੰਦੇ ਹੋਣੀ ਸਾਡੇ ਵੀਰ ਬਾਈ ਨੋਟ ਕਰ ਲਓ, ਲੋਹਾਰਾ ਜਿੱਤ ਗਈ।
ਚੰਦ ਪੁਰਾਣਾ ਤੇ ਤਲਵੰਡੀ ਭੰਗੇਰੀਆਂ ਤਲਵੰਡੀ ਆ ਗਈ ਹੈ ਚੰਦ ਪੁਰਾਣੇ ਦਾ ਇੰਤਜ਼ਾਰ ਹੈ 2 ਮਿੰਟ ਦਾ ਸਮਾਂ ਚੰਦ ਪੁਰਾਣੇ ਨੂੰ ਹੈ ਜੇ ਚੰਦ ਪੁਰਾਣਾ ਨਹੀਂ ਆਉਂਦੀ ਤਾਂ ਅਸੀਂ ਤਲਵੰਡੀ ਨੂੰ ਵਾਕਓਵਰ ਦੇ ਦੇਣਾ ਹੈ ਤਲਵੰਡੀ ਭੰਗੇਰੀਆਂ ਨੂੰ ਵਾਕਓਵਰ ਦਿਓ ਜੀ ਚੰਦ ਪੁਰਾਣਾ ਘਟਦੀ ਹੈ ਨਹੀਂ ਆਈ ਮਸੀਤਾਂ ਤੇ ਰੋਡੇ ਜਲਦੀ ਤੋਂ ਜਲਦੀ ਗਰਾਊਂਡ 'ਚ ਰਿਪੋਰਟ ਕਰ 2 ਮਿੰਟ ਦਾ ਸਮਾਂ ਮਸੀਤਾਂ ਤੇ ਰੋਡੇ ਮਸੀਤਾਂ ਤੇ ਰੋਡੇ 2 ਮਿੰਟਾਂ 'ਚ ਗਰਾਊਂਡ 'ਚ ਆ ਜਾਣ ਮਸੀਤਾਂ ਤੇ ਰੋਡੇ ਧੱਲੇ ਕੇ ਬਾਬਾ ਜੀਵਨ ਸਿੰਘ ਕਲੱਬ ਤੇ ਪੱਤੋ ਹੀਰਾ ਸਿੰਘ ਬਲਾਕ ਦੀਆਂ ਟੀਮਾਂ ਦੇ ਮੈਂ ਨਾਮ ਬੋਲ ਰਿਹਾ ਬਾਈ ਇਹ ਟੀਮਾਂ ਗਰਾਊਂਡ 'ਚ ਆ ਜਾਣ ਜੇ ਖੇਡਣਾ ਤਾਂ ਬਾਬਾ ਜੀਵਨ ਸਿੰਘ ਕਲੱਬ ਧੱਲੇ ਕੇ ਤੇ ਪੱਤੋ ਹੀਰਾ ਸਿੰਘ ਰੋਡੇ ਤੇ ਮਸੀਤਾਂ ਇਹ ਚਾਰੇ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਧੱਲੇ ਕੇ ਤੇ ਪੱਤੋ ਹੀਰਾ ਸਿੰਘ ਮਸੀਤਾਂ ਦੇ ਰੋਡੇ ਸਿਰਫ 5 ਮਿੰਟ ਇਹਨਾਂ ਚਾਰਾਂ ਟੀਮਾਂ ਨੂੰ ਉਦੋਂ ਬਾਅਦ ਅਸੀਂ ਟੀਮਾਂ ਕੱਟ ਦੇਣੀਆਂ ਧੱਲੇ ਕੇ ਆ ਗਈ ਆ ਤੇ ਕੱਲ ਨਹੀਂ ਆਈ ਬਾਈ ਕੱਲ ਆ ਗਈ ਹੈ ਧੱਲੇ ਕੇ ਆ ਗਈ ਕੱਲਾਂ ਦੀ ਟੀਮ ਗਰਾਊਂਡ 'ਚ ਆ 48 ਕਿਲੋ ਕੱਲਾਂ ਵਾਲੇ ਆ ਬਾਈ ਯਾਰ ਸੇਬੀ ਮੈਚ ਲਾ ਦਿਓ ਉਹ ਕੱਲਾਂ ਵਾਲੇ 48 ਵਾਲੇ ਕਿੱਥੇ ਆ ਯਾਰ ਪਹਿਲਾਂ ਝੱਗੇ ਪਾੜਦੇ ਹੀ ਸਾਡੀ ਟੀਮ ਐਂਟਰ ਕਰੋ ਅਗਲੀਆਂ ਟੀਮਾਂ 48 ਦੀਆਂ ਜਨੇਰ ਤੇ ਰੱਜੀ ਵਾਲਾ ਅਗਲੀਆਂ ਟੀਮਾਂ 48 ਕਿਲੋ ਦੀਆਂ ਰੱਜੀ ਵਾਲਾ ਤੇ ਜਨੇਰ ਇਹ ਵੀ ਜਲਦੀ ਗਰਾਊਂਡ 'ਚ ਆ ਜਾਣ ਰੱਜੀ ਵਾਲਾ ਤੇ ਜਨੇਰ ਹਾਂ ਬਾਈ 35 ਦਾ ਮੈਚ ਦੱਸਿਓ ਜੱਗੇ ਬਾਈ ਕਿਹਦਾ ਕਿਹਦਾ ਸੀ ਲੁਹਾਰੇ ਦਾ ਲੁਹਾਰੇ ਨੂੰ 22 ਸੀ ਔਗਰ ਤੇ ਕਿਹਦਾ ਮੈਚ ਸੀ ਫਤਿਹਗੜ੍ਹ ਦਾ ਸੀਗਾ ਬਾਈ ਫਤਿਹਗੜ੍ਹ ਦਾ ਕੱਲਾਂ ਵਾਲਿਓ ਕਿੱਥੇ ਯਾਰ ਆ ਜਾਓ ਯਾਰ ਗਰਾਊਂਡ 'ਚ ਕੱਲ ਆ ਗਈ ਹੈ ਪਤੰਦਰੋ ਯਾਰ ਇੰਨੀਆਂ ਬਾਜਾਂ ਮਾਰੀਆਂ ਗੱਬਰ ਸਾਉਣ ਦੀ ਬਾਜ ਤਾਂ ਪਤੰਦਰੋ ਮੋਗੇ ਦੀਆਂ ਕੰਧਾਂ ਨਾਲ ਵੱਜ ਵੱਜ ਕੇ ਮੁੜਦੀ ਹੈ ਜਨੇਰ ਤੇ ਰੱਜੀ ਵਾਲਾ ਰੱਜੀ ਵਾਲਾ ਤੇ ਜਨੇਰ ਅਗਲੇ ਮੈਚ ਦੀਆਂ 48 ਦੀਆਂ ਟੀਮਾਂ ਉਹ ਵੀ ਆ ਜਾਣ ਕੱਲ ਕਲਾਮੀ ਤੇ ਬਾਈ ਲਹਿੰਦੇ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਕੱਲ ਤੇ ਧੱਲੇ ਕੇ ਲਹਿੰਦੇ ਵਾਲੇ ਪਾਸੇ ਹੈ ਇਹ ਨੋਟ ਕਰ ਲਓ ਤੁਸੀਂ ਲਹਿੰਦੇ ਵਾਲੇ ਪਾਸੇ ਧੱਲੇ ਕੇ ਹੈ ਚੜ੍ਹਦੇ ਵਾਲੇ ਪਾਸੇ ਟੀਮ ਕੱਲਾਂ ਦੀ ਹੈ ਇਹ ਤੁਸੀਂ ਨੋਟ ਕਰ ਲਓ ਜਨੇਰ ਤੇ ਰੱਜੀ ਵਾਲਾ 48 ਦੀਆਂ ਅਗਲੀਆਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਰੱਜੀ ਵਾਲਾ ਤੇ ਜਨੇਰ ਕਬੱਡੀ 48 ਭਾਰ ਵਰਗ ਦੀਆਂ ਟੀਮਾਂ ਉਹ ਜਲਦ ਕਬੱਡੀ ਦੇ ਮੈਦਾਨ 'ਚ ਆ ਜਾਣ ਦੇਖੋ ਸਾਹਮਣੇ ਧੱਲੇ ਕੇ ਵਾਲੇ ਮਹਿਤੇ ਦਾ ਪਿੰਡੂ ਚਰਨੇ ਦਾ ਪਿੰਡੂ ਜੱਸੇ ਉਹਨਾਂ ਦੇ ਪਿੰਡ ਦਾ ਖਿਡਾਰੀ ਇਸੇ ਲਈ ਜਿਹੜੇ ਪਿੰਡ ਦੇ ਬੋੜੇ ਹੋਣੀ ਕਬੱਡੀ ਦੇ ਸਟਾਰ ਹੈ ਨਿੰਦਰੇ ਹੋਣੀ ਉਹਨਾਂ ਦੇ ਪਿੰਡ ਦਾ ਨੌਜਵਾਨ ਗੱਭਰੂ ਇਸੇ ਲਈ ਕਬੱਡੀ ਪਾ ਰਿਹਾ ਉਧਰ ਵੇਖੋ ਘੱਲਾ ਮਾਲਾ ਜਿੱਥੋਂ ਦੇ ਲਛਮਣ ਘਾਲੀ ਵਰਗੇ ਆਪਣੇ ਸਮੇਂ ਦੇ ਸਟਾਰ ਰਹੇ ਹੈ ਜੇ ਘਾਲੀ ਉਹਨਾਂ ਨੇ ਕਬੱਡੀ ਖੇਡੀ ਹੈ ਮੇਰੇ ਵੀਰੋ ਲਓ ਅੰਬੂ ਦੇ ਪਿੰਡੂ ਨੇ ਕਬੱਡੀ ਪਾਈ ਹੈ ਜਿਹੜੇ ਪਿੰਡ ਦੇ ਲੱਖੇ ਵਰਗੇ ਜਿਹੜੇ ਪਿੰਡ ਦੇ ਸੋਨੇ ਵਰਗੇ ਤੇ ਪੁਆਇੰਟ ਇਸ ਵੇਲੇ ਰੇਡਰ ਦਾ ਪੁਆਇੰਟ ਇਸ ਵੇਲੇ ਰੇਡਰ ਦਾ ਹੈਲੋ ਬਾਈ ਜੀ 57 ਕਿਲੋ ਵਾਲਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਦੀਆਂ ਐਂਟਰੀਆਂ ਰਹਿੰਦੀਆਂ ਉਹ ਦੇ ਜਾਣ ਫਿਰ ਟਾਂਜਾਂ ਕੱਢਣੀਆਂ 57 ਕਿਲੋ ਮਸੀਤਾਂ ਤੇ ਰੋਡੇ ਬਲਾਕ ਦੀਆਂ ਟੀਮਾਂ ਦਾ ਮੈਚ ਆ ਰੋਡੇ ਆ ਗਈ ਆ ਮਸੀਤਾਂ ਦੀ ਟੀਮ ਦੱਸੋ ਹੈਗੇ ਆ ਕਿ ਨਹੀਂ ਮਸੀਤਾਂ ਰੋਡੇ ਤੇ ਮਸੀਤਾਂ ਜਲਦੀ ਦੱਸੋ ਆ ਕੇ ਜੀ ਸਾਨੂੰ ਰੋਡੇ ਤੇ ਮਸੀਤਾਂ ਰੋਡੇ ਤੇ ਮਸੀਤਾਂ ਜਲਦੀ ਤੋਂ ਜਲਦੀ ਆ ਕੇ ਸਾਨੂੰ ਰਿਪੋਰਟ ਕਰਨ 5 ਮਿੰਟ ਦੇ ਵਿੱਚ ਰੋਡੇ ਤੇ ਮਸੀਤਾਂ ਦਸਤਾਰ ਮੁਕਾਬਲੇ 15 ਮਿੰਟਾਂ ਤੱਕ ਸ਼ੁਰੂ ਹੋਣੇ ਆ ਜੇ ਕੋਈ ਰਹਿੰਦਾ ਤਾਂ ਆਪਣੇ ਨਾਲ ਲਿਖਵਾ ਸਕਦੇ ਹੋ ਇੱਧਰ ਧੱਲੇ ਕਿਆਂ ਵਾਲਾ ਨੌਜਵਾਨ ਜਾਫੀ ਲਾ ਕੇ ਤਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਜੋੜਦਾ ਹੋਇਆ ਜਨੇਰ ਤੇ ਰੱਜੀ ਵਾਲਾ ਸੇਬੀ ਆਇਆ ਕਿ ਨਹੀਂ ਹੈਲੋ ਆਹ ਗੱਬਰ ਸਾਉਣ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਆਪਦਾ ਲੈ ਕੇ ਸਾਉਣ ਤੇ ਉਧਰ ਕੁੱਤਿਆਂ ਨੂੰ ਜਾਵੜਾ ਕੁੱਤਿਆਂ ਨੂੰ ਜਾਵੜੇ ਗੱਬਰ ਸਾਉਣ ਵਾਲਾ ਬਾਪੂ ਜੀ ਇੱਕ ਸੈੱਟ ਉਧਰ ਲਾ ਦਿਓ ਤੇ ਇੱਕ ਭੂਖਣਾ ਜਿਹਾ ਲੈ ਜਾਓ ਜਾ ਕੇ ਇੱਕ ਮੈਕ ਲੈ ਜਾਓ ਕੁੱਤਿਆਂ ਵਾਲੇ ਪਾਸੇ ਜਿੱਧਰ ਕੁੱਤਿਆਂ ਦੀਆਂ ਟਰੈਕ ਦੌੜਾਂ ਹੋਣੀਆਂ ਜਨੇਰ ਤੇ ਰੱਜੀ ਵਾਲਾ 48 ਕਿਲੋ ਦੀਆਂ ਟੀਮਾਂ ਇਹ ਜਲਦੀ ਮੈਦਾਨ ਦੇ ਲਾ ਕੇ ਆ ਜਾਣ ਵੇਖੋ ਸਾਹਮਣੇ ਘੱਲਾਂ ਵਾਲਾ ਨੌਜਵਾਨ ਗੱਭਰੂ
इस वे ला के तकड़ा जफा अपनी टीम लिए पॉइंट जोड़ता हुआ खेड मैदान पॉइंट इस वे जाफी का पॉइंट इस वे कल्ला वाले नौजवान गभरू का चल सुने बाद अगे नौजवान पा कबड्डी ये बजनी कबड्डी खेले जा रहे हैं इस तो बाद 57 किलो फिर 70 किलो 14 तरीक नूं 80 किलो दे मैच उड़ गए 15 तरीक नूं सिरा आउणा ओपन दे मैचां दे विच देखो सामने टच डबल मेरे वीरो।